ਜੋ ਸਰਕਾਰੀ ਹਸਨ ਦੀ ਆਮਦ ਹੋਈ ਤੇ ਮਾਹੌਲ ਕਿਹੜਾ ਬਣੇ, ਮਨ ਦਰਦ ਇਹਨ ਚੱਖਣ ਤੇ ਲੁਤਫਾ ਸੀ। ਆ ਨਬੀ ਕਾ ਦੀਨ ਆਇਆ ਹੈ, ਮੇਰਾ ਈਮਾਨ ਆਇਆ ਹੈ, ਹੋਈ ਰਮਜ਼ਾਨ ਕੀ ਪੰਧਰਾ, ਮੇਰਾ ਸੁਲਤਾਨ ਆਇਆ ਹੈ। ਜਿਹੜਾ ਬੰਦਾ ਬੋਲ ਸਕਦਾ ਉਸ ਬੰਦੇ ਨਾਲ ਬਾਤ। ਯਾ ਅਲੀ ਅਲੈਹਿਸ ਸਲਾਮ, ਗੁਰਵਾਲਾ ਨੇ ਉਹ ਲਫ਼ਜ਼ ਸੁਣਨੇ, ਲਫ਼ਜ਼ਾਂ ਦਾ ਨਖੇੜਾ ਕਰਨੇ। ਨਬੀ ਕਾ ਦੀਨ ਆਇਆ ਹੈ, ਮੇਰਾ ਈਮਾਨ ਆਇਆ ਹੈ, ਹੋਈ ਰਮਜ਼ਾਨ ਕੀ ਪੰਧਰਾ, ਮੇਰਾ ਸੁਲਤਾਨ ਆਇਆ ਹੈ। ਨਬੀ ਕਾ ਦੀਨ ਆਇਆ ਹੈ, ਮੇਰਾ ਈਮਾਨ ਆਇਆ ਹੈ, ਹੋਈ ਰਮਜ਼ਾਨ ਕੀ ਪੰਧਰਾ, ਮੇਰਾ ਸੁਲਤਾਨ ਆਇਆ ਹੈ। ਮੈਂ ਇਸ ਕੀ ਸ਼ਾਨ ਕਿਆ ਲਿਖੋ, ਨਬੀ ਕੇ ਪਾ ਕੇ ਆਂਗਨ ਮੇ ਕਈ ਕੁਰਾਨ ਉਤਰੇ ਹੈ, ਤੋ ਯੇ ਕੁਰਾਨ ਆਇਆ ਹੈ। ਹਲਾਲੀ ਨਾਲ ਗੱਲ ਹੈ, ਜਿਹੜਾ ਅਲੀ ਦਾ ਨੌਕਰ ਹੈ, ਸਲਾਮਤ ਰਹੋ। ਬਾਦਸ਼ਾਹ ਹੁਸੈਨ ਵਸਤ ਰੱਖਣ, ਕਈ ਕੁਰਾਨ ਉਤਰੇ ਹੈ ਤੋ ਯੇ ਬੋਲੋ ਕੁਰਾਨ ਆਇਆ ਹੈ। ਆਓ ਦੱਸਾਂ, ਜਿਹੜੇ ਲਫ਼ਜ਼ ਸੁਣਨ ਦੇ ਆਦੀ ਹੋ, ਜਿਹੜੀ ਸੋਹਣੀ ਸ਼ਾਇਰੀ ਸੁਣਨ ਦੇ ਆਦੀ ਹੋ, ਲਫ਼ਜ਼ਾਂ ਦੀ ਰਾਖਰੀ ਹੁੰਦੀ ਹੈ। ਚਾਚਾ ਜੀ ਜਿਸਲੇ ਸਰਕਾਰੇ ਹਸਨ ਦੀ ਆਮਦ ਸੁਨੀਆਂ 'ਤੇ ਹੋਈ ਹੈ ਅਤੇ ਮਾਹੌਲ ਕਿਹੜਾ ਬਣਿਆ, ਸਾਨੂੰ ਸ਼ੀਆਂ ਨੂੰ ਫਖਰ ਕਿਹੜੀ ਗੱਲ ਦਾ ਹੈ। ਇਸਮਤ ਕੇ ਤਨੇ ਬਾਦਲ, ਮੁਆਦਤ ਕੇ ਮੁਹੱਲੇ, ਨਮਾਜ਼ੇ ਅਸਰ ਕੇ ਲਮਹੇ, ਹਸਨ ਆਇਆ ਮੁਸੱਲੇ ਪਰ। ਸਲਾਮਤ ਰਹੋ ਬਾਦਸ਼ਾਹ ਹੁਸੈਨ ਵਸਤਰਖ, ਇਹਨਾਂ ਹੱਥਾਂ ਨੂੰ ਸਲਾਮ ਹੈ ਜਿਹੜੇ ਦੇ ਕਰਦੀ ਰੀਤ ਪੈ ਬਣਦੇ ਨੇ। ਸਰ ਜਾਓ ਤੇ ਮੁਹੰਮਦ ਮੁਸਤਫਾ ਨੇ ਗੱਲ ਕਿਹੜੀ ਕੀਤੀ ਹੈ, ਸ਼ੇਰ ਦੀਆਂ ਆਖਰੀ 2-17 ਸੰਗੀਆਂ ਹੈ। ਇਸਮਤ ਕੇ ਤਨੇ ਬਾਦਲ, ਮੁਆਦਤ ਕੇ ਮੁਹੱਲੇ ਪਾਨ, ਮਾਜ਼ੇ ਅਸਰ ਕੇ ਲਮੇ, ਹਸਨ ਆਇਆ ਮੁਸੱਲੇ ਪਰ, ਨਮਾਜ਼ੇ ਅਸਰ ਕੇ ਲਮੇ, ਹਸਨ ਆਇਆ ਮੁਸੱਲੇ ਪਰ, ਹਸਨ ਕੀ ਪਾ ਕੇ ਆਮਦ ਪੇ, ਮੁਹੰਮਦ ਨੇ ਬਤਾਇਆ ਹੈ, ਯੇ ਫਿਰ ਸੇ ਦੀਨ ਕੀ ਖਾਤਰ, ਸਖੀ ਇਮਰਾਨ ਆਇਆ ਹੈ। ਸਲਾਮਤ ਰਹੋ ਬਾਦਸ਼ਾਹ ਹੁਸੈਨ ਤਨ ਵਸਤ। ਅੱਛਾ, ਜਿਤਨੇ ਬੰਦੇ ਪਾਕ ਜਸ਼ਨ ਚ ਆਏ ਬੈਠੇ ਹੋ, ਸਲਾਮਤ ਜਵਾਨੀਆਂ ਮਾਣੋ ਜੀ। ਬਾਦਸ਼ਾਹ ਹੁਸੈਨ ਵਸਤਰ, ਇੱਕ ਮੈਨੂੰ ਦੁਆ ਦਾ ਹੁਕਮ ਹੈ, ਅਗਰ ਇਜਾਜ਼ਤ ਹੋਵੇ ਤਾਂ ਮੈਂ ਇਮਾਮੇ ਜ਼ਮਾਨਾ ਬਾਦਸ਼ਾਹ ਦੀ ਬਾਰਗਾਹ 'ਚ ਇੱਕ ਦੁਆ ਮੰਗ ਲਵਾਂ। ਮੈਂ ਚਿਹਰੇ ਪੜ੍ਹਨ ਲੈਣ ਜੋ ਕਿਤਨੇ ਬੰਦਿਆਂ ਦਾ ਦਿਲ ਲੈਣ, ਜੋ ਨਰਜਸ ਦੇ ਪੁੱਤਰ ਦਾ ਜ਼ਹੂਰ ਜਲਦੀ ਹੋਵੇ, ਕਿਉਂਕਿ ਮੁਸ਼ਕਿਲ ਦੌਰ ਹੈ ਸਾਡੇ 'ਤੇ, ਵਾਜਬ ਹੈ, ਸਾਡਾ ਹੱਕ ਬਣਦਾ। ਹਰ ਜ਼ਿਕਰ 'ਚ, ਹਰ ਜਸ਼ਨ 'ਚ, ਹਰ ਮਜਲਸ 'ਚ ਅਸੀਂ 12ਵੇਂ ਦੇ ਜ਼ਹੂਰ ਵਾਸਤੇ ਦੁਆ ਮੰਗੀਏ। ਤੁਹਾਡਾ ਵੀ ਹੱਕ ਬਣਦਾ ਜੋ ਸ਼ਹਿਨਸ਼ਾਹ ਦੀ ਆਮਦ ਜਲਦੀ ਹੋਵੇ ਔਰ ਸਾਡੀਆਂ ਪਰੇਸ਼ਾਨੀਆਂ ਖਤਮ ਹੋਵਣ। ਇਸ ਮੈਂਬਰ 'ਤੇ ਖੜ ਕੇ 12ਵੇਂ ਨੂੰ ਬੁਲਾਉਣ ਲੱਗਾ, ਬੁਲਵਾਲਾ ਲਿਓ ਬੰਦੇ ਵੇਖਣੇ ਜੋ ਕਿਤਨੇ ਆ ਮੇਰੇ ਨਾਲ ਰਲ ਕੇ ਅਤੇ 12ਵੇਂ ਨੂੰ ਬੁਲਾਉਣਾ। ਇਜਾਜ਼ਤ ਹੈ ਜੀ। ਹਾਂ ਮੌਲਾਇਆ ਬਿਜਾ, ਮੌਲਾਇਆ ਬਿਜਾ, ਮੌਲਾਇਆ ਬਿਜਾ, ਥੱਕ ਗਈਆਂ ਕਰ ਕਰਕੇ ਹੁਣ ਤੇਰੀਆਂ ਇੰਤਜ਼ਾਰਾਂ, ਹੁਣ ਤੇਰੀਆਂ ਇੰਤਜ਼ਾਰਾਂ, ਸ਼ਾਮ ਸੁਬਹ ਪੜਨਾ ਦੇ ਅਲੀ ਮੈਂ ਤੇਰਾ ਨਾਮ ਪੁਕਾਰਾ, ਸ਼ਾਮ ਸੁਬਹ ਵੀ ਕਿਉਂ ਮੈਂ ਤੇਰਾ ਨਾਮ ਪੁਕਾਰਾ, ਜਲਦੀ ਆ ਬਹੁਤਾਂ ਕੀਤਾ ਇਹਨਾਂ ਦੀਨ ਦੇ ਠੇਕੇਦਾਰਾ, ਮੌਲਾਇਆ ਬਿਜਾ। ਸਲਾਮਤ ਰਹੋ ਜਵਾਨ ਜਵਾਨੀਆਂ ਮਾਣੋ, ਹੱਥ ਕਿਸੇ ਤੋਂ ਮੁਹਤਾਜ ਨਾ ਹੋਵੇ। ਬਾਦਸ਼ਾਹ ਹੁਸੈਨ ਵਸਤਰ, ਸਲਾਮਤ ਰਹੋ ਬਾਦਸ਼ਾਹ ਹੁਸੈਨ ਵਸਤਰ ਰੱਖਣ, ਬੁਲਵਾਲਾ ਲਿਓ ਜੀ ਫਿਰ ਪੜ੍ਹ ਦਈਏ। ਹਜ਼ਾਰ ਦਫ਼ਾ ਅੱਖੀ ਅੱਖੀਆਂ ਥੱਕ ਗਈਆਂ ਕਰ ਕਰਕੇ, ਹੁਣ ਤੇਰੀਆਂ ਇੰਤਜ਼ਾਰਾਂ, ਇੰਤਜ਼ਾਰਾਂ, ਸ਼ਾਮ ਸੁਬਹ ਪੜਨਾ ਦੇ ਅਲੀ ਮੈਂ ਤੇਰਾ ਨਾਮ ਪੁਕਾਰਾ, ਮੈਂ ਤੇਰਾ ਨਾਮ ਪੁਕਾਰਾ, ਜਲਦੀ ਆ ਬਹੁਤਾਂ ਕੀਤਾ ਇਹਨਾਂ ਦੀਨ ਦੇ ਠੇਕੇਦਾਰਾ, ਮੌਲਾਇਆ ਬਿਜਾ। ਮੌਲਾ ਸਿਰਫ ਨਜ਼ਮ ਸ਼ਿਰਾਜ਼ੀ ਦੀ ਹਸਰਤ ਨਹੀਂ, ਸਿਰਫ ਜਿਤਨੇ ਬੁਲਵਾਲ ਇਸ ਜਸ਼ਨ ਚ ਆਏ ਬੈਠੇ ਉਹਨਾਂ ਦੀ ਹਸਰਤ ਨਹੀਂ,
ਸਿਰਫ ਬਾਈ ਨੌਕਰ ਅਬਾਸ ਦੀ ਹਸਰਤ ਨਹੀਂ, ਸਿਰਫ ਅਸਦ ਸ਼ਾਹ ਦੀ ਹਸਰਤ ਨਹੀਂ, ਸਿਰਫ ਪੀਰ ਮਦਰ ਸ਼ਾਹ ਦੀ, ਪੀਰ ਅਦਰ ਸ਼ਾਹ ਦੀ ਹਸਰਤ ਨਹੀਂ, ਕਾਇਨਾਤ ਵਿੱਚ ਜਿੱਥੇ ਅਲੀ ਦਸ਼ੀਆ ਵਸਦੇ ਉਹਨਾਂ ਦੀ ਹਸਰਤ ਕਿਹੜੀ ਹੈ? ਇਸ ਪਾਕ ਮਿੰਬਰ 'ਤੇ ਖੜ ਕੇ ਹੁਣ ਮੌਲਾ ਦੀ ਬਾਰਗਾਹ 'ਚ ਇੱਕ ਹੋਰ ਦੁਆ ਮੰਗਣ ਲੱਗਾ, ਮੌਲਾ ਹੁਣ ਦੀਦਾਰ ਕਰਾ ਨਹੀਂ ਹੁੰਦਾ ਮੂਲ ਗੁਜ਼ਾਰਾ, ਕਿਉਂ ਮੌਲਾ ਹੁਣ ਦੀਦਾਰ ਕਰਾ ਨਹੀਂ ਹੁੰਦਾ ਮੂਲ ਗੁਜ਼ਾਰਾ, ਮੌਲਾ ਹੁਣ ਦੀਦਾਰ ਕਰਾ ਹਰ ਜਵੀ ਹੁੰਦਾ ਮੂਲ ਗੁਜ਼ਾਰਾ, ਤੇਰੀ ਪਾਕ ਜ਼ਿਆਰਤ ਕੀਤੇ ਸਿੱਖਦਾ ਏ ਆਲਮ ਸਾਰਾ, ਸਰ ਜਵੀ ਜ਼ਿਆਰਤ ਕੀਤੇ ਸਿੱਖਦਾ ਏ ਆਲਮ ਸਾਰਾ, ਗਲੀ ਗਲੀ ਦਾ ਮਸ ਕਲੰਦਰ ਆਖਣ ਮਾਰ ਕੇ ਨਾਰਾ ਮੌਲਾ ਆ ਬਿਲਾ, ਹਲਾਲੀ ਜੀ ਵੋ, ਹਲਾਲੀ ਜੀ ਵੋ, ਹਲਾਲੀ ਜੀ ਵੋ, ਅਲੀ ਹਕ ਅਲੀ ਹਕ ਅਲੀ ਹਕ ਅਲੀ ਹਕ ਅਲੀ ਹਕ ਅਲੀ ਹਕ ਅਲੀ ਯਾ ਅਲੀ ਅਲੈਹਿ ਸਲਾਮ, ਅਲੀ ਅਲੈਹਿ ਸਲਾਮ ਜੀ, ਫਿਰ ਆਖ ਦਿੰਦੇ ਆ ਹਜ਼ਾਰ ਦਫਾ ਆਖ ਦਿੰਦਾ, ਮੌਲਾ ਹੁਣ ਦੀਦਾਰ ਕਰਾ ਨਹੀਂ ਹੁੰਦਾ ਮੌਲ ਗੁਜ਼ਾਰਾ, ਮੌਲਾ ਹੁਣ ਦੀਦਾਰ ਕਰਾ ਨਹੀਂ ਹੁੰਦਾ ਮੌਲ ਗੁਜ਼ਾਰਾ, ਤੇਰੀ ਪਾਕ ਜ਼ਿਆਰਤ ਕੀਤੇ ਸਿੱਖਦਾ ਆਲਮ ਸਾਰਾ, ਕਿਉਂ ਪਾਕ ਜ਼ਿਆਰਤ ਕੀਤੇ ਸਿੱਖਦਾ ਆਲਮ ਸਾਰਾ, ਗਲੀ ਗਲੀ ਦਾ ਮਸਤ ਕਲੰਦਰ ਆਖਣ ਮਾਰ ਕੇ ਨਾਰਾ ਮੌਲਾ ਆ ਬਿਦਾ, ਬੁਲਵਾ ਲਿਆਓ ਹੱਥ ਬੰਨ ਕੇ ਆਖਰੀ ਗੱਲ ਕਰਨ ਲੱਗਾ ਤੇ ਗੱਲ ਬੜੀ ਸੋਹਣੀ ਕਰਨ ਲੱਗਾ ਤੇ ਦੱਸਣ ਲੱਗਾ ਕਿ ਜਿਹੜੇ ਵੇਲੇ ਮਾਮੇ ਜ਼ਮਾਨਾ ਦਾ ਜ਼ਹੂਰ ਦੁਨੀਆ 'ਤੇ ਉਹ ਸੀ ਤੇ ਕਿਹੜਾ ਸੋਹਣਾ ਕੰਮ ਉਹ ਸੀ, ਤਵੱਜੋ ਜੀ ਆਖਰੀ 70 ਤੇ ਤਾਲਬੇ ਦੁਆ ਹੁਣ ਸਰ ਜਾਓ, ਇਮਾਮੇ ਜ਼ਮਾਨਾ ਦਾ ਜ਼ਹੂਰ ਇਸ ਦੁਨੀਆ 'ਤੇ ਉਹ ਸੀ ਤੇ ਉਹ ਸੀ ਕਿਆ ਰੌਲੇ ਸਾਰੇ ਮੁਕਵੇ ਸੰਜੜ ਨਾਸਰ ਬਾਹਰ ਆਇਆ ਸੀ, ਸਰ ਜਾਵੀ ਮਾਮਤ ਦਾ ਮੇਡਾ ਮੌਲਾ ਤਖਤ ਬਾਸੀ, ਸਰ ਜਾਓ ਆਖਰੀ ਬਾਤ ਮੇਡਾ ਮੌਲਾ ਤਖਤ ਬਾਸੀ, ਘਰ ਘਰ ਹੋ ਸੀ ਅਲੀ ਅਲੀ ਮਲਵਾਣਾ ਮਗਰੋਲਾ ਸੀ ਮਾ